ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਬਸੋ PBN ਦੇ ਸਪੋਰਟਸ ਟਾਈਮ ਸ਼ੋਅ ਦੇ ਵਿੱਚ ਦੇਸ਼ ਤੇ ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਦੋਸਤੋ, ਫਿਰ ਕਰਦੇ ਹਾਂ ਪ੍ਰੋਗਰਾਮ ਸ਼ੁਰੂਆਤ ਔਰ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਹਾਈਲਾਈਟਸ। ਦੋਸਤੋ, ਇਸ ਵੇਲੇ ਹੈਗੇ ਅਸੀਂ ਸਮਾਰਟ ਸਿਟੀ ਲੁਧਿਆਣਾ ਦੇ ਸੈਕਰਡ ਹਾਰਟ ਸੀਨੀਅਰ ਸੈਕੈਂਡਰੀ ਸਕੂਲ ਦੇ ਵਿੱਚ, ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਧੂਮਧਾਮ ਦੇ ਨਾਲ ਐਨੂਅਲ ਐਥਲੈਟਿਕ ਮੀਟ ਜਿਹੜੀ ਹੈ ਉਹ ਸੈਲੀਬ੍ਰੇਟ ਕੀਤੀ ਜਾ ਰਹੀ ਹੈ, ਜਿਸ ਦੀ ਓਪਨਿੰਗ ਸੈਰਾਮਨੀ ਬਲਜਿੰਦਰ ਸਿੰਘ ਜੀ ਨੇ ਕੀਤੀ, ਜੋ ਕਿ ਕਮਾਂਡਿੰਗ ਆਫਿਸਰ ਨੇ ITBP ਦੇ। ਆਓ ਵੇਖਦੇ ਹਾਂ ਇੱਕ ਰਿਪੋਰਟ। Now we can find the guest of the day today, ready for the ceremonial guard of honor with the most respected director of our school, Reverend Father John, to accompany. Forward, we can see the guest moving towards all the four houses, the young cadets. As we close into them, children, please put your hands together and welcome the guest. Come on.
have started. Go slow, don't be that fast. The little cars are moving very fast, driven by the drivers. ਸੋ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਬਲਜਿੰਦਰ ਸਿੰਘ ਜੀ ਐਨੂਅਲ ਐਥਲੈਟਿਕ ਮੀਟ ਦੇ ਚੀਫ ਗੈਸਟ ਸੀਗੇ, ਉਹਨਾਂ ਦਾ ਇਵੈਂਟ ਨੂੰ ਲੈ ਕੇ ਕੀ ਕਹਿਣਾ ਸੀ, ਆਓ ਫਿਰ ਦੇਖਦੇ ਹਾਂ ਇੱਕ ਰਿਪੋਰਟ। ਨਹੀਂ, ਅੱਜ ਜਦੋਂ ਮੈਂ ਐਂਟਰ ਕੀਤਾ ਇਸ ਐਥਲੈਟਿਕ ਸਟੇਡੀਅਮ ਦੇ ਵਿੱਚ, ਤਾਂ ਤਿਆਰੀ ਤੋਂ ਲੱਗਿਆ ਜਿੱਦਾਂ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਹੁਣ ਜੋ ਮਾਰਚ ਪਾਸਟ ਵੀ ਦੇਖਿਆ, ਇਸ ਵਿੱਚ ਜੋਸ਼ ਦੀ ਕਮੀ ਬਿਲਕੁਲ ਨਜ਼ਰ ਨਹੀਂ ਆਈ। ਔਰ ਸਾਰੇ ਜਿੰਨੇ ਵੀ ਬੱਚੇ, ਟੀਚਰਸ ਔਰ ਜੋ ਪ੍ਰਿੰਸੀਪਲ ਔਰ ਜੋ ਬੋਰਡ ਆਫ ਡਾਇਰੈਕਟਰਸ ਹੈ, ਉਹਨਾਂ ਦਾ ਜੋ ਡਾਇਰੈਕਸ਼ਨ ਹੈ ਉਸ ਹਿਸਾਬ ਨਾਲ ਇਹ ਲੱਗ ਰਿਹਾ। ਇਟ ਇਜ਼ ਮੈਂ ਹੋਰ ਵੀ ਬਹੁਤ ਫੰਕਸ਼ਨ, ਅਫੀਸ਼ੀਅਲ ਫੰਕਸ਼ਨਸ ਮੈਨੇ ਅਟੈਂਡ ਕੀਤੇ ਹੈ, ਪਰ ਅੱਜ ਦਾ ਜੋ ਦਿਨ ਹੈ ਇਹ ਬਿਲਕੁਲ ਹੀ ਬਹੁਤ ਹੀ ਅੱਛਾ ਲੱਗ ਰਿਹਾ ਹੈ। ਔਰ ਜਿੰਨੇ ਵੀ ਟੀਚਰਸ ਹੈ, ਜੋ ਵੀ ਇਸ ਨਾਲ ਜੁੜੇ ਹੋਏ ਹੈ, ਦੇ ਰੀਲੀ ਡਿਜ਼ਰਵ ਕੂਡੋਸ, ਕੰਗਰੈਚੁਲੇਸ਼ਨਸ। ਸਰ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਨੇ ਬਹੁਤ ਹੀ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਤਿਆਰੀਆਂ ਕੀਤੀਆਂ ਗਈਆਂ ਸੀਗੀਆਂ, ਸੋ ਅੱਜ ਦੀ ਜਿਹੜੀ ਤਿਆਰੀਆਂ ਸਟਾਰਟ ਸ਼ੁਰੂਆਤ ਹੋਈ ਹੈ, ਕਿੱਥੇ ਨਾ ਕਿੱਥੇ 15 ਅਗਸਤ 26 ਜਨਵਰੀ ਸਟੇਡੀਅਮ ਦੀ ਯਾਦਾਂ ਤਾਜ਼ੀਆਂ ਨਹੀਂ ਹੋਈਆਂ? ਨਹੀਂ, ਬਿਲਕੁਲ ਤਾਜ਼ੀਆਂ ਹੋਈਆਂ। ਔਰ ਜੋ ਸਪੋਰਟਸ ਮੀਟ ਹੁੰਦਾ, ਜਿੱਦਾਂ ਸਾਡਾ ਫੋਰਸਿਸ ਦੇ ਵਿੱਚ ਹੁੰਦਾ ਹੈ, ਸਪੋਰਟਸ ਜੋ ਫੋਰਸਿਸ ਔਰ ਸਪੋਰਟਸ ਦਾ ਇੱਕ ਬਹੁਤ ਹੀ ਕਲੋਜ਼ ਦਾ ਇੱਕ ਨਾਤਾ ਹੁੰਦਾ ਹੈ, ਔਰ ਸਪੋਰਟਸ ਨੂੰ ਵੀ ਇੱਕ ਤਰ੍ਹਾਂ ਦਾ ਉਤਸਵ ਵਾਂਗੂ ਲਿਆ ਜਾਂਦਾ ਹੈ, ਇਹ ਕਿਸੇ ਨੈਸ਼ਨਲ ਡੇ ਨਾਲੋਂ ਘੱਟ ਨਹੀਂ ਹੁੰਦਾ ਇੱਕ ਤਰ੍ਹਾਂ ਦਾ। ਤੋ ਮੈਨੂੰ ਬਿਲਕੁਲ ਉਸ ਤਰ੍ਹਾਂ ਦਾ ਹੀ ਲੱਗਿਆ ਹੈ, ਔਰ ਜਿਸ ਤਰ੍ਹਾਂ ਦਾ ਮਤਲਬ ਸਿੰਸੀਅਰ ਐਫਰਟਸ ਪਾਏ ਹੈ, ਬੜੀ ਖੁਸ਼ੀ ਹੋਈ ਦੇਖ ਕੇ। ਜਾਂਦੇ ਜਾਂਦੇ ਸਾਡੇ ਦੇਸ਼ ਦੇ ਵਿਦੇਸ਼ ਦੇ ਦਰਸ਼ਕਾਂ ਨੂੰ ਕੀ ਕਹੋਗੇ? ਮੈਂ ਤਾਂ ਇਹੀ ਕਹਾਂਗਾ ਵੀ ਜੋ ਸਪੋਰਟਸ ਹੈ ਇਹ ਸਾਡੇ ਜ਼ਿੰਦਗੀ ਦਾ ਇੱਕ ਬਹੁਤ ਹੀ ਜ਼ਰੂਰੀ ਹਿੱਸਾ ਹੈ, ਇਸ ਨੂੰ ਇਟ ਸ਼ੁੱਡ ਬੀ ਮਤਲਬ ਤੁਹਾਡੇ ਪਾਰਟ, ਤੁਹਾਡੇ ਦਿਨਚਰਿਆ ਦਾ ਪਾਰਟ ਹੋਣਾ ਚਾਹੀਦਾ, ਇਹ ਨਾ ਕਿ ਇਹ ਸਪੈਸ਼ਲ ਮੌਕਿਆਂ ਦੇ ਉੱਤੇ ਇਹਨੂੰ ਕੀਤਾ ਜਾਵੇ। ਤੁਸੀਂ ਬਾਡੀ ਤੁਹਾਡੀ ਠੀਕ ਰਹਿਣੀ ਉਹ ਅਲੱਗ ਗੱਲ ਹੈ, ਇਸ ਦੇ ਨਾਲ ਨਾਲ ਇਹ ਹੋਰ ਵੀ ਬਹੁਤ ਚੀਜ਼ਾਂ ਸਿਖਾਉਂਦਾ ਹੈ, ਸਪੋਰਟਸਮੈਨ ਸਪਿਰਿਟ ਸਿਖਾਉਂਦਾ ਹੈ, ਪ੍ਰੈਸ਼ਰ ਨੂੰ ਝੱਲਣ ਦੀ ਉਹ ਦਿੰਦਾ ਹੈ। ਔਰ ਅਗਰ ਤੁਸੀਂ ਇੰਟਰਨੈਸ਼ਨਲ ਲੈਵਲ 'ਤੇ ਰਹਿਣਾ, ਤਾਂ ਚੰਗੀ ਬਾਡੀ ਚੰਗੇ ਮਾਇੰਡ ਦੇ ਨਾਲ ਨਾਲ ਵੀ ਬਹੁਤ ਜ਼ਰੂਰੀ ਹੈ। ਸੋ ਦੋਸਤੋ, ਐਨੂਅਲ ਐਥਲੈਟਿਕ ਮੀਟ ਨੂੰ ਲੈ ਕੇ ਅਸੀਂ ਸੈਕਰਟ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਫਾਦਰ ਜੌਨ ਨਾਲ ਕੀਤੀ ਖਾਸ ਗੱਲਬਾਤ, ਆਓ ਵੇਖਦੇ ਹਾਂ ਇੱਕ ਰਿਪੋਰਟ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਜੋ ਅੱਜ ਐਨੂਅਲ ਐਥਲੈਟਿਕ ਮੀਟ ਚੱਲ ਰਹੀ ਹੈ, ਕੁਛ ਇਹਦੇ ਬਾਰੇ ਦੱਸੋ। ਅੱਜ ਤਾਂ ਐਨੂਅਲ ਐਥਲੈਟਿਕ ਮੀਟ ਜਿਸ ਤਰ੍ਹਾਂ ਅਸੀਂ ਹਰ ਸਾਲ ਮਨਾ ਹੁੰਦਾ ਉਸੀ ਤਰ੍ਹਾਂ ਮਨਾਉਣੇ ਲੱਗੇ। ਕੱਲ੍ਹ ਇਸਕਾ ਸ਼ੁਰੂਆਤ ਹੋਈ ਸੀ, ਤੋ ਅੱਜ ਇਸਕਾ ਫਾਈਨਲ ਡੇ ਹੈ, ਜਿਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਵਜੋਂ ITBPF ਕਾ ਕਮਾਂਡੈਂਟ ਮਿਸਟਰ ਬਲਬੀਰ ਸਿੰਘ ਸਾਡੇ ਨਾਲ ਮੌਜੂਦ ਹੋਇਆ ਹੈ। ਬੱਚਿਆਂ ਨੂੰ ਪ੍ਰਭਾਵਿਤ ਕੀਤਾ ਹੈ, ਉਹਨਾਂ ਦੇ ਪ੍ਰਸੈਂਸ ਦੇ ਰਾਹੀਂ, ਉਹਨਾਂ ਦੀ ਮੈਸੇਜ ਦੇ ਰਾਹੀਂ, ਉਹ ਖੁਦ ਵੀ ਇੱਕ ਸਪੋਰਟਸਮੈਨ ਹੈ, ਉਹ ਉਸਨੇ ਬੱਚਿਆਂ ਨੂੰ ਸਮਝਾਇਆ ਹੈ। ਸਰ, ਹਮ ਬਾਤ ਕਰੇਂਗੇ ਸਪੋਰਟਸ ਕੋ ਲੈ ਕੇ, ਐਥਲੈਟਿਕ ਕੋ ਲੈ ਕੇ, ਤਾਂ ਉਸਮੇ ਕਿੰਨੇ ਰਾਊਂਡਸ ਟੋਟਲ ਰੱਖੇ ਗਏ ਹੈ ਔਰ ਕਿੰਨੀ ਏਜ ਹੈ ਲਿਮਿਟ ਬੱਚੋ ਕੀ? ਬੱਚਿਓ ਕਾ ਐਸੇ ਹੈ, ਹਮਨੇ ਇਹ ਨਰਸਰੀ ਤੋਂ ਲੈ ਕੇ 12ਵੀਂ ਤੱਕ ਬੱਚਿਓ ਕਾ ਇਸ ਗੇਮਸ ਮੈਂ ਪਾਰਟੀਸਿਪੇਟ ਹੋ ਰਿਹਾ ਹੈ। ਤੋ ਸਰ, ਜਾਤੇ ਤੇ ਹਮਾਰੇ ਦਰਸ਼ਕੋ ਕਿਆ ਕਹਿਣਾ ਚਾਹੇਂਗੇ ਸਪੋਰਟਸ ਕੇ? ਮੈਂ ਦਰਸ਼ਕੋ ਕੋ ਯਹੀ ਕਹਿਣਾ ਚਾਹੂੰਗਾ, ਹਰ ਮਾਂ ਪਿਓ ਆਪਣੇ ਬੱਚਿਓ ਕੋ ਸਪੋਰਟਸ ਮੈਂ ਜ਼ਿਆਦਾ ਧਿਆਨ ਦੇਣੇ ਕੇ ਲੀਏ ਪ੍ਰੋਤਸਾਹਨ ਕਰੇ, ਨਾਲੇ ਉਹਨਾਂ ਨੂੰ ਵੀ ਸੰਵਿਧਾਨ ਵੀ ਪ੍ਰੋਵਾਈਡ ਕਰੇ, ਜਿਹਦੇ ਰਾਹ ਕਿ ਬੱਚੇ ਆਊਟਸਮਾਰਟ ਕਰੇ ਸਪੋਰਟਸ ਮੈਂ, ਤਾਂ ਕਿ ਉਨ੍ਹਾਂ ਜੋ ਕੋਨਫੀਡੈਂਸ ਬੜੇ ਔਰ ਕੋਂਪੀਟੀਟਿਵ ਸਪਿਰਿਟ ਵੀ ਬੜੇ, ਉਹ ਆਪਣੇ ਜ਼ਿੰਦਗੀ ਵਿੱਚ ਡਿਸਿਪਲਿਨਡ ਬਣੇ, ਤਾਂ ਕਿ ਉਹ ਅੱਗੇ ਆਪਣਾ ਜ਼ਿੰਦਗੀ ਸਕਸੈਸਫੁਲ ਕਰ ਸਕੇ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਥੈਂਕ ਯੂ।
ਵਾਹ ਜੀ ਵਾਹ। ਸੋ ਦੋਸਤੋ, ਤੁਸੀਂ ਦੇਖਿਆ ਕਿ ਫਾਦਰ ਜੌਨ ਦਾ ਸਾਫ਼ ਤੌਰ 'ਤੇ ਕਹਿਣਾ ਸੀਗਾ ਕਿ ਇਸ ਐਨੂਅਲ ਐਥਲੈਟਿਕ ਮੀਟ ਦੇ ਵਿੱਚ ਨਰਸਰੀ ਤੋਂ ਲੈ ਕੇ ਪਲੱਸ ਟੂ ਦੇ ਬੱਚਿਆਂ ਨੇ ਹਿੱਸਾ ਲਿਆ, ਔਰ ਹਰ ਸਾਲ ਦੀ ਤਰ੍ਹਾਂ ਐਨੂਅਲ ਐਥਲੈਟਿਕ ਮੀਟ ਜਿਹੜੀ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਸਕੂਲ ਵਿੱਚ ਕਰਵਾਈ ਗਈ ਹੈ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਅੱਜ ਦਾ ਸਾਡਾ ਸਪੋਰਟਸ ਟਾਈਮ ਸ਼ੋਅ ਬਹੁਤ ਹੀ ਵਧੀਆ ਲੱਗਿਆ ਹੋਣਾ। ਕੈਮਰਾ ਪਰਸਨ ਬੀ ਮਨਜੀਤ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ। ਧੰਨਵਾਦ।